ਤੁਹਾਡਾ ਸਾਰਿਆਂ ਦਾ ਇਸ ਚੈਨਲ ਦੇ ਵਿੱਚ ਬਹੁਤ ਬਹੁਤ ਵੈਲਕਮ ਹੈ ਜੀ। ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਸასი ਸ਼ਕਾਰ ਸਲਾਮ, ਨਮਸਕਾਰ, ਅਦਾਬ। ਹੁਣ ਚੱਲਦੇ ਹਾਂ ਆਪਣੀਆਂ ਅੱਜ ਦੀਆਂ ਨਿਊਜ਼ ਦੇ ਉੱਪਰ। ਉਸ ਤੋਂ ਪਹਿਲਾਂ ਇੱਕ ਬੇਨਤੀ ਕਰਦੀ ਹਾਂ ਕਿ ਜੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਜਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰਿਓ। ਤੇ ਇਸ ਤੋਂ ਇੱਕ ਜ਼ਰੂਰੀ ਹੋਰ ਚੀਜ਼ ਹੁੰਦੀ ਹੈ ਕਿ ਬੈਲ ਆਈਕਨ। ਇਸ ਨੂੰ ਵੀ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਜਿਹੜੀ ਨੈਕਸਟ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਿੱਧੀ ਪਹੁੰਚ ਸਕੇ। ਹੁਣ ਆਪਾਂ ਗੱਲ ਕਰ ਲਈਏ ਚੌਥੀ ਲਹਿਰ ਦੀ ਤਾਂ ਇਟਲੀ ਦੇ ਵਿੱਚ ਜਿਹੜੀ ਇਸ ਨਿਊਜ਼ ਵਗੈਰਾ ਦੇ ਵਿੱਚ ਵੀ ਇਸ ਚੀਜ਼ ਦੇ ਤੇ ਚਰਚਾ ਹੋਣ ਲੱਗ ਪਈ ਹੈ ਕਿ ਇਟਲੀ ਦੇ ਵਿੱਚ ਜਿਹੜੀ ਚੌਥੀ ਲਹਿਰ ਹੈ ਜੀ ਕਿ ਉਹ ਸਟਾਰਟ ਹੋ ਚੁੱਕੀ ਹੈ ਇਸ ਦੇ ਪਿੱਛੇ ਜਿਹੜਾ ਅਜੇ ਹਜੇ ਕੁਐਸਚਨ ਮਾਰਕ ਪਾਇਆ ਜਾ ਰਿਹਾ ਹੈ ਤੇ ਕੋਈ ਕਹਿ ਰਿਹਾ ਹੈ ਕਿ ਰੱਬ ਅਗੇ ਅਰਦਾਸ ਕਰੋ ਕਿ ਜਿਹੜਾ ਕੰਮ ਨਾ ਹੋਵੇ ਕੋਈ ਜਿਹੜਾ ਨੰਬਰਾਂ ਦਾ ਹਵਾਲਾ ਦੇ ਰਿਹਾ ਹੈ ਬਾਕੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਗਿਣਤੀ ਸੀ 7800 ਦਿੱਲੀ ਕੇਸ ਆ ਰਿਹਾ ਸੀ ਤੇ ਹੁਣ ਜਿਹੜੇ ਕੇਸ ਹਨ ਦੁਆਰਾ ਵਧਨੇ ਸ਼ੁਰੂ ਹੋ ਚੁੱਕੇ ਹਨ ਤਕਰੀਬਨ 7000 ਤੋਂ ਥੋੜਾ ਘੱਟ ਕੇਸ ਆਇਆ ਹੈ 6800 ਤੋਂ ਜ਼ਿਆਦਾ ਕੇਸ ਆਇਆ ਹੈ ਹੁਣ ਇਹਦੇ ਵਿੱਚ ਇੱਕ ਚੀਜ਼ ਹੋਰ ਹੈ ਕਿ ਅਸਟ੍ਰੇਲੀਆ ਸਰਦੀਨੀਆ ਤੇ ਲਾਜ਼ਿਓ ਇਹ ਜਿਹੜੀਆਂ ਸਟੇਟਾਂ ਹਨ ਇਹਨਾਂ ਦੇ yellow zone ਦੇ ਵਿੱਚ ਆਉਣ ਦੀ ਜਿਹੜੀ ਸੰਭਾਵਨਾ ਹੈ ਜੀ ਰਿਸਕ ਵੱਧ ਚੁੱਕਾ ਹੈ ਵੈਸੇ ਦਾ ਸਰਕਾਰ ਨੇ ਪਹਿਲਾਂ ਕਹੇਤਾ ਸੀ ਕਿ 15 ਅਗਸਤ ਤੱਕ ਪੂਰੀ ਜਿਹੜੀ ਇਟਲੀ ਹੈ ਇਸ ਨੂੰ white zone ਦੇ ਵਿੱਚ ਹੀ ਰੱਖਿਆ ਜਾਏਗਾ ਬੇਸ਼ੱਕ ਜਿਹੜੀ ਕੋਈ ਸਟੇਟ ਹੈ ਜੀ ਉਹਨਾਂ ਪੈਰਾਮੀਟਰਸ ਨੂੰ ਟੱਚ ਕਰ ਲਵੇ ਕਿ ਜਿਹੜੇ ਇੱਕ ਇੱਕ yellow zone ਦੇ ਵਿੱਚ ਜਾਣ ਵਾਸਤੇ ਜ਼ਰੂਰੀ ਹੁੰਦੇ ਹਨ ਪਰੰਤੂ 15 ਅਗਸਤ ਤੋਂ ਬਾਅਦ ਸਿਚੁਏਸ਼ਨ ਜਿਹੜੀ ਹੈ ਬਦਲ ਸਕਦੀ ਹੈ ਕਿਉਂਕਿ ਅਗਸਤ ਤੋਂ ਬਾਅਦ ਕੀ ਹੋਏਗਾ ਕਿ ਜਿਹੜੇ ਛੁੱਟੀਆਂ ਵਗੈਰਾ ਹਨ ਲੋਕ ਮਾਰਿਆਂ ਵਗੈਰਾ ਤੇ ਜਾਂਦੇ ਹਨ ਉਦੇ ਵਿੱਚ ਵੀ ਜਿਹੜੀ ਕਮੀ ਆਣੀ ਸ਼ੁਰੂ ਹੋ ਜਾਏਗੀ ਤੇ ਤੇ ਇਹਦੇ ਨਾਲ ਫਿਰ ਕੀ ਹੋਏਗਾ ਕਿ ਥੋੜਾ ਬਹੁਤ ਹੋ ਸਕਦਾ ਹੈ ਕਿ ਇਸ ਤੋਂ ਬਾਅਦ ਜਿਹੜੇ ਰੈੱਡ ਜ਼ੋਨ येलो ਜ਼ੋਨ ਜਾਂ ਇਹਨਾਂ ਚੀਜ਼ਾਂ ਦੇ ਵਿੱਚ ਦੁਆਰਾ ਇਟਲੀ ਨੂੰ ਡਿਵਾਈਡ ਕੀਤਾ ਜਾਵੇ ਬਾਕੀ ਦੇ ਨਾਲ ਹੀ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਈਏ ਕਿ ਇਟਲੀ ਦੇ ਵਿੱਚ ਜਿਹੜਾ ਡੈਲਟਾ ਵੇਰੀਐਂਟ ਹੈ ਜਿਸ ਟਾਈਮ 95% ਜਿਹੜੇ ਕੇਸ ਹਨ ਡੈਲਟਾ ਦੇ ਆ ਰਹੇ ਹਨ ਤੇ ਇਸ ਨੇ ਜਿਹੜਾ ਅਲਫਾ ਨੂੰ ਰਿਪਲੇਸ ਕਰ ਦਿੱਤਾ ਹੈ ਬਾਕੀ ਦੇ ਨਾਲ ਤੁਹਾਨੂੰ ਇੱਕ ਖੁਸ਼ਖਬਰੀ ਵੀ ਦੱਸ ਦਈਏ ਕਿ ਇਟਲੀ ਦੇ ਵਿੱਚ ਇੱਕ ਸਟੇਟ ਇਹੋ ਜਿਹੀ ਹੈ ਜਿਹਦੀ ਵੱਲੋਂ ਖੁਸ਼ਖਬਰੀ ਆਈ ਹੈ ਸ਼ਾਇਦ ਇਸ ਸਟੇਟ ਦੇ ਬਾਰੇ ਤੁਸੀਂ ਆਈਡੀਆ ਲਗਾ ਕੇ ਦੱਸ ਸਕਦੇ ਹੋ ਜੇ ਤੁਹਾਨੂੰ ਪਤਾ ਹੈ ਕਿਹੜੀ ਸਟੇਟ ਹੈ ਤਾਂ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਅਸੀਂ ਤੁਹਾਨੂੰ ਹੁਣ ਇਸ ਸਟੇਟ ਦੇ ਬਾਰੇ ਦੱਸ ਦਈਏ ਕਿ ਇਸ ਸਟੇਟ ਦੇ ਵਿੱਚ ਕੀ ਹੋਇਆ ਹੈ ਕਿ ਕੋਈ ਵੀ ਡੈਥ ਨਹੀਂ ਹੋਈ ਇਸ ਸਟੇਟ ਲੰਮਾਰਦੀਆ ਜਿਨ੍ਹਾਂ ਲੋਕਾਂ ਨੂੰ ਡਬਲ ਡੋਜ਼ ਲੱਗੀ ਹੋਈ ਉਹਨਾਂ ਦੀ ਕਿਸੇ ਦੀ ਵੀ ਡੈਥ ਜਿਹੜੀ ਲੰਮਾਰਦੀਆ ਦੇ ਵਿੱਚ ਨਹੀਂ ਹੋਈ ਇਸ ਤਰ੍ਹਾਂ ਇੱਕ ਬਹੁਤ ਹੀ ਵੱਡੀ ਖੁਸ਼ਖਬਰੀ ਹੈ ਹਾਂਜੀ ਹੁਣ ਚਲਦੇ ਹਾਂ ਜੀ ਆਪਣੀ ਅਗਲੀ ਖਬਰ ਦੇ ਉੱਤੇ ਅਗਲੀ ਖਬਰ ਇਸ ਤਰ੍ਹਾਂ ਹੈ ਕਿ ਜੇ ਤੁਸੀਂ ਹੁਣ ਕਿਸੇ ਵੀ ਦੇਸ਼ ਦੇ ਵਿੱਚੋਂ ਮੰਨ ਲਓ ਜਰਮਨ ਦੇ ਵਿੱਚ ਤੁਸੀਂ ਐਂਟਰੀ ਕਰਨੀ ਚਾਹੁੰਦੇ ਹੋ ਜਰਮਨ ਦੇ ਵਿੱਚ ਜਾਣਾ ਚਾਹੁੰਦੇ ਹੋ ਤੇ ਇਹਦੇ ਵਾਸਤੇ ਜਿਹੜੀ ਪਹਿਲੀ ਅਗਸਤ ਹੈ ਇਹਦੇ ਵਿੱਚੋਂ ਜਿਹੜੇ ਰੂਲ ਚੇਂਜ ਹੋ ਰਹੇ ਹਨ ਜਰਮਨ ਕਾਉਂਸਲ ਆਫ ਮਿਨਿਸਟਰ ਜਿਹੜੀ ਹੈ ਜਿਨ੍ਹਾਂ ਨੇ ਇੱਕ ਫੈਸਲਾ ਲੈ ਲਿਆ ਹੈ ਕਿ ਪਹਿਲੀ ਅਗਸਤ 2021 ਤੋਂ ਜੇ ਕੋਈ ਵੀ ਬੰਦਾ ਜਰਮਨ ਦੇ ਵਿੱਚ ਐਂਟਰੀ ਕਰੇਗਾ ਉਹਦੇ ਵਾਸਤੇ ਜਿਹੜੀ 네ਗਟਿਵ ਰਿਪੋਰਟ ਹੈ ਜ਼ਰੂਰੀ ਕਰ ਦਿੱਤੀ ਗਈ ਹੈ ਮਤਲਬ ਜੇ ਤੁਸੀਂ ਕਿਸੇ ਪਾਸਿ ਤੋਂ ਵੀ ਜਰਮਨ ਦੇ ਵਿੱਚ ਐਂਟਰੀ ਕਰੋਗੇ ਤੁਹਾਨੂੰ ਜਿਹੜੀ 네ਗਟਿਵ ਰਿਪੋਰਟ ਤੁਹਾਡੇ ਕੋਰੋਨਾ ਦੀ ਹੈ ਉਹ ਤੁਹਾਨੂੰ ਦਿਖਾਉਣੀ ਪਵੇਗੀ ਇਹਨਾਂ ਵਿੱਚ ਕੁਝ ਲੋਕਾਂ ਨੂੰ ਜਿਹੜੀ ਛੋਟ ਦਿੱਤੀ ਗਈ ਹੈ ਹੁਣ ਛੋਟ ਕੇ ਨਾ ਲੋਕਾਂ ਨੂੰ ਮਿਲ ਸਕਦੀ ਹੈ ਦੇ ਵਿੱਚ ਜੇ ਤੁਹਾਡੇ ਕੋਲ ਗ੍ਰੀਨ ਪਾਸ ਹੈ ਜੇ ਤੁਸੀਂ ਇਸ ਚੀਜ਼ ਨੂੰ ਪ੍ਰੂਵ ਕਰ ਸਕਦੇ ਹੋ ਕਿ ਜਿਹੜਾ ਕੰਪਲੀਟ ਵੈਕਸੀਨੇਸ਼ਨ ਤੁਹਾਡੇ ਉੱਤੇ ਪੂਰਨ ਟੀਕਾਕਰਨ ਹੋ ਚੁੱਕਾ ਹੈ ਤੁਸੀਂ ਵੈਕਸੀਨ ਦੀਆਂ ਜਿਹੜੀਆਂ ਸਾਰੀਆਂ ਡੋਜ਼ਿਸ ਲੈ ਚੁੱਕੇ ਹੋ ਜੇ ਜੌਨਸਨ ਦੀ ਵੈਕਸੀਨ ਲਗਵਾਈ ਤੇ ਸਿੰਗਲ ਡੋਜ਼ ਜੇ ਫਾਈਜ਼ਰ ਮਦਰਨਾ ਜਾਂ ਤੁਸੀਂ ਆਸਟਾਜਾਨੀ ਕਦੀ ਵੈਕਸੀਨ ਲਈ ਹੋ ਤਾਂ ਇਸ ਦੀਆਂ ਦੋ ਡੋਜ਼ਿਸ ਹੁੰਦੀਆਂ ਹਨ ਬਾਕੀ ਇਸ ਤੋਂ ਇਲਾਵਾ ਇੱਕ ਹੋਰ ਕੈਟਾਗਰੀ ਜਿਹੜੀ ਹੈ ਜੂਸ ਨੂੰ ਵੀ ਇਸ ਦੇ ਵਿੱਚ ਛੋਟ ਦਿੱਤੀ ਗਈ ਹੈ ਜੇ ਕੋਈ ਬੰਦਾ ਪਹਿਲਾਂ ਕਰੋਨਾ ਨਾਲ ਪੋਜ਼ੀਟਿਵ ਹੋ ਚੁੱਕਾ ਸੀ ਤੇ ਬਾਅਦ ਵਿੱਚ ਉਹ ਠੀਕ ਹੋ ਚੁੱਕਾ ਹੈ ਉਸ ਬੰਦੇ ਨੂੰ ਵੀ ਜਿਹੜੀ ਇਸ ਰਿਪੋਰਟ ਤੋਂ ਮੁਕਤੀ ਮਿਲ ਚੁੱਕੀ ਹੈ ਤੇ ਇਸ ਤੋਂ ਇਲਾਵਾ ਇੱਕ ਹੋਰ ਕੈਟਾਗਰੀ ਹੈ ਕਿ ਜੇ ਕੋਈ ਬੱਚਾ 12 ਸਾਲ ਤੋਂ ਛੋਟਾ ਹੈ ਉਹ ਵੀ ਜਰਮਨ ਦੇ ਵਿੱਚ ਬਿਨਾਂ ਕਿਸੇ ਵੀ ਪ੍ਰੋਬਲਮ ਤੋਂ ਐਂਟਰ ਹੋ ਸਕਦਾ ਹੈ ਇਸ ਤਰ੍ਹਾਂ ਜਰਮਨ ਦੇ ਵਿੱਚ ਤੁਸੀਂ ਮੰਨ ਕੇ ਚੱਲਣਾ ਹੈ ਕਿ 1 ਅਗਸਤ ਪਹਿਲੀ ਤਰੀਕ ਤੋਂ ਇਹ ਜਿਹੜਾ ਕਾਨੂੰਨ ਹੈ ਜੀ ਬਦਲ ਰਿਹਾ ਹੈ ਜੇ ਤੁਸੀਂ ਵੀ ਜਰਮਨ ਦੇ ਵਿੱਚ ਐਂਟਰੀ ਕਰਨ ਤਾਂ ਇਹ ਚੀਜ਼ਾਂ ਦਾ ਬਿਲਕੁਲ ਖਿਆਲ ਰੱਖਣਾ ਹੈ ਹਾਂਜੀ ਚਲਦੇ ਆ ਜੀ ਆਪਣੀ ਅਗਲੀ ਖਬਰ ਦੁੱਤੀ ਅਗਲੀ ਖਬਰ ਇਸ ਤਰ੍ਹਾਂ ਹੈ ਕਿ 350 ਮਿਲੀਅਨ ਯੂਰੋ ਜਿਹੜੇ ਹਨ ਇਹ ਤੁਹਾਡੇ ਸਾਰੇ ਲੋਕਾਂ ਦੇ ਵਾਸਤੇ ਸਰਕਾਰ ਨੇ ਇੱਕ ਤਰ੍ਹਾਂ ਦੇ ਵਕਰੀ ਰੱਖੇ ਹੋਏ ਹਨ ਇਹਨੂੰ ਆਪਾਂ ਪੱਤਾ ਵੀ ਕਹਿ ਸਕਦੇ ਹਾਂ ਇਨਸੈਂਟਿਵ ਵੀ ਕਹਿ ਸਕਦੇ ਹਾਂ ਤੀਸਰੇ ਦੌਰ ਦੇ ਵਾਸਤੇ ਇਹਦੇ ਵਾਸਤੇ ਤੁਹਾਨੂੰ ਕਰਨਾ ਕੀ ਪਏਗਾ ਕਿ ਤੁਹਾਨੂੰ ਜਿਹੜੀ ਇੱਕ ਕਾਰ ਨੂੰ ਖਰੀਦਣਾ ਪਏਗਾ ਉਹ ਵੀ ਸੰ 2021 ਦੇ ਵਿੱਚ ਮਤਲਬ 31 ਦਸੰਬਰ 2021 ਤੱਕ ਤੁਸੀਂ ਜਿਹੜੀ ਹੈ ਜੀ ਕੋਈ ਵੀ ਕਾਰ ਖਰੀਦਣੀ ਹੈ ਜੇ ਤੁਸੀਂ ਐਕਸਟਰਾ ਬੋਨਸ ਲੈਣਾ ਚਾਹੁੰਦੇ ਹੋ ਤੇ ਦੇ ਵਾਸਤੇ ਤੁਸੀਂ ਕੀ ਕਰਨਾ ਹੈ ਕਿ ਇਲੈਕਟ੍ਰਿਕ ਕਾਰ ਜਿਹੜੀ ਹੈ ਜਾਂ ਹਾਈਬ੍ਰਿਡ ਕਾਰ ਜਿਹੜੀ ਹੈ ਉਹ ਖਰੀਦਣੀ ਹੈ ਜਿਹੜਾ ਮਿਸ਼ਨ ਇਸ ਦਾ ਹੈ ਜੀ ਯਾਦ ਰੱਖਣਾ ਹੈ 0 ਤੋਂ ਲੈ ਕੇ 60 ਗ੍ਰਾਮ ਪ੍ਰਤੀ ਕਿਲੋਮੀਟਰ ਜਿਹੜਾ ਕਾਰਬਨ ਦਾ ਮਿਸ਼ਨ ਇਸ ਦਾ ਹੋਣਾ ਚਾਹੀਦਾ ਹੈ ਤੇ ਇਹਦੇ ਵਾਸਤੇ ਤੁਸੀਂ ਫਿਰ ਫਸਟ ਗ੍ਰੇਡ ਦੇ ਵਿੱਚ ਜਿਹੜੇ ਹੱਕਦਾਰ ਹੋ ਬੋਨਸ ਲੈਣ ਦੇ ਜੇ ਤੁਸੀਂ ਸੈਕੰਡ ਗ੍ਰੇਡ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਸੈਕੰਡ ਜਿਹੜਾ ਗ੍ਰੇਡ ਹੈ ਜੀ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ 61 ਗ੍ਰਾਮ ਤੋਂ ਲੈ ਕੇ 135 ਗ੍ਰਾਮ ਤੱਕ ਦੀ ਜਿਹੜੀ ਤੁਸੀਂ ਕਾਰ ਹੈ ਪ੍ਰਤੀ ਕਿਲੋਮੀਟਰ ਜਿਹੜੀ emission ਕਰਦੀ ਹੈ ਕਾਰਬਨ ਛੱਡਦੀ ਇਹਦੀ ਵਾਸਤੇ ਸਰਕਾਰ ਨੇ ਜਿਹੜਾ 200 ਮਿਲੀਅਨ ਯੂਰੋ ਦਾ ਜਿਹੜਾ ਫੰਡ ਰੱਖਿਆ ਹੈ ਇਹ ਬੋਨਸ ਵੀ ਤੁਸੀਂ ਲੈ ਸਕਦੇ ਹੋ 2 ਅਗਸਤ 2021 ਤੋਂ ਜਿਹੜਾ 10 ਵਜੇ ਸਵੇਰ ਨੂੰ ਇਹ ਜਿਹੜਾ ਤੁਸੀਂ ਸਟਾਰਟ ਹੋ ਜਾਏਗਾ ਤੇ ਤੁਸੀਂ ਜਿਹੜੇ ਇਸ ਦੇ ਹੱਕਦਾਰ ਬਣ ਸਕਦੇ ਹੋ ਅਗਰ ਤੁਸੀਂ ਇਸ ਟਾਈਮ ਤੋਂ ਬਾਅਦ ਜਿਹੜੀ ਗੱਡੀ ਖਰੀਦਦੇ ਹੋ ਬਾਕੀ ਦੇ ਵੀ ਤੁਸੀਂ ਇੱਕ ਚੀਜ਼ ਯਾਦ ਰੱਖਣੀ ਹੈ ਕਿ ਜ਼ਰੂਰੀ ਨਹੀਂ ਹੈ ਕਿ 31 ਦਸੰਬਰ ਤੱਕ ਜਿਹੜੀ ਸਕੀਮ ਚੱਲੇ ਜਿਹੜੀ ਸਰਕਾਰ ਨੇ ਫੰਡ ਜਿਹੜੇ ਹਨੇਕ ਪਾਸੇ ਰੱਖਿਆ ਲਗਾਤਾਰ ਇਹਨਾਂ ਦੇ ਵਿੱਚ ਘਰਾਟ ਆ ਰਹੀ ਹੈ ਕਿਉਂਕਿ ਲੋਕਾਂ ਨੇ ਜਿਹੜੀ ਹੈ ਜੀ ਇਸ ਸਕੀਮ ਬਹੁਤ ਜਲਦੀ ਦੇ ਨਾਲ ਲੈਣੀ ਸ਼ੁਰੂ ਕਰ ਦਿੱਤੀ ਹੈ ਦੇ ਦੇ ਵਿੱਚ ਲੋਕਾਂ ਨੂੰ ਫਾਇਦਾ ਹੋ ਰਿਹਾ ਇਸ ਕਰਕੇ ਲੋਕ ਜਿਹੜੀਆਂ ਜ਼ਿਆਦਾ ਗੱਡੀਆਂ ਖਰੀਦਣ ਦੀ ਕੋਸ਼ਿਸ਼ ਕਰਨਗੇ ਤੇ ਹੋ ਸਕਦਾ ਹੈ ਕਿ ਜਿਹੜਾ ਸਰਕਾਰ ਨੇ ਇੱਕ ਪਾਸੇ ਪੈਸਾ ਰੱਖਿਆ ਹੈ ਬਹੁਤ ਜਲਦੀ ਕੁਝ ਮਹੀਨੇ ਦੇ ਵਿੱਚ ਇਹ ਜਿਹੜੀ ਸਾਰੀ ਰਕਮ ਹੈ ਜੀ ਖਤਮ ਹੋ ਜਾਵੇ। ਬਾਕੀ ਤੁਹਾਨੂੰ ਇੱਕ ਆਈਡੀਏ ਨਾਲ ਇੱਕ ਇੱਕ categories ਵਾਸਤੇ ਦੱਸ ਦਿੰਦੇ ਆ ਕਿ ਜਿਹੜਾ ਇਸ ਦੇ ਵਿੱਚ ਬੋਨਸ ਵਗੈਰਾ ਤੁਸੀਂ ਕਿੰਨਾ ਲੈ ਸਕਦੇ ਜੇ ਤੁਸੀਂ ਆਟੋ ਜਿਹੜੇ ਨਵੇਂ ਹਨ 0 ਤੋਂ ਲੈ ਕੇ 20 ਗ੍ਰਾਹ ਜਿਨ੍ਹਾਂ ਦਾ ਮਿਸ਼ਨ ਬਣਦਾ ਹੈ ਕਿਲੋਮੀਟਰ ਦੇ ਪ੍ਰਤੀ ਤੇ ਇਹਨਾਂ ਦੇ ਵਿੱਚ ਤੁਹਾਨੂੰ ਕੀ ਹੋਏਗਾ ਕਿ ਸੈਂਜ਼ਾ ਰੋਤੋ ਮਾਜ਼ਿਓ ਨੇ ਜੇ ਤੁਸੀਂ ਜਿਹੜੀ ਪੁਰਾਣੀ ਗੱਡੀ ਨੂੰ ਵੇਚ ਨਹੀਂ ਦਿੰਦੇ ਨਹੀਂ ਸਿੱਟਦੇ ਉਸ ਨੂੰ ਜਿਹੜਾ ਵਿਕਾਰ ਦੇ ਵਿੱਚ ਤਾਂ ਤੁਹਾਨੂੰ 4000 ਯੂਰੋ ਦਾ ਜਿਹੜਾ ਬੋਨਸ ਮਿਲ ਸਕਦਾ ਹੈ ਇਸ ਤੋਂ ਇਲਾਵਾ ਤੁਹਾਨੂੰ ਜਿਹੜਾ ਹੈ ਜੀ ਇਕੋ ਬੋਨਸ ਜਿਹੜਾ ਹੋ ਗਿਆ 70 ਦਾ 4000 ਯੂਰੋ ਦਾ ਬਣ ਗਿਆ ਤੇ ਪਲੱਸ ਇਸ ਦੇ ਵੀ ਤੁਸੀਂ 1000 ਯੂਰੋ ਹੋਰ ਐਡ ਕਰੋ ਜਿਹਨੂੰ ਆਪਾਂ ਐਕਸਟਰਾ ਬੋਨਸ 70 ਕਹਿੰਦੇ ਆ ਇਸ ਤਰ੍ਹਾਂ ਤੁਸੀਂ 1000 ਯੂਰੋ ਇਸ ਦੇ ਵਿੱਚ ਈਵਲ ਜਿਹੜਾ ਹੈ ਜੀ ਇੰਟਰਮੀਡੀਅਰ ਲਿਓ ਇਸ ਤਰ੍ਹਾਂ ਆਪਾਂ ਦੇਖ ਸਕਦੇ ਹਾਂ ਕਿ ਨਵੀਂ ਗੱਡੀ ਦੇ ਉੱਤੇ ਕੋਈ 6000 ਯੂਰੋ ਦਾ ਜਿਹੜਾ ਬੰਦੇ ਨੂੰ ਫਾਇਦਾ ਹੋ ਸਕਦਾ ਹੈ ਬਾਕੀ ਇਸੇ ਤਰ੍ਹਾਂ ਹੋਰ ਵੀ ਕਈ categories ਨਵੀਂ ਗੱਡੀ ਦੇ ਉੱਤੇ ਤੇ ਪੁਰਾਣੀ ਗੱਡੀ ਦੇ ਉੱਤੇ ਵੀ ਜਿਹੜਾ ਬੋਨਸ ਮਿਲਦਾ ਹੈ ਤੁਸੀਂ ਜੇ ਕਿਸੇ ਡੀਲਰ ਵਗੈਰਾ ਤੋਂ ਗੱਡੀ ਖਰੀਦਣੀ ਚਾਹੁੰਦੇ ਹੋ ਉਹ ਤੁਹਾਨੂੰ ਜਿਹੜੀ ਪੂਰੀ ਜਾਣਕਾਰੀ ਇਸ ਦੇ ਵਾਸਤੇ ਦੇ ਸਕਦੇ ਹਨ ਬਾਕੀ ਚਲਦੇ ਹਾਂ ਜੇ ਆਪਣੀ ਅਗਲੀ ਖਬਰ ਉੱਤੇ ਅਗਲੀ ਖਬਰ ਇਸ ਤਰ੍ਹਾਂ ਹੈ ਕਿ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ 6 ਅਗਸਤ ਤੋਂ ਜਿਹੜਾ ਗ੍ਰੀਨ ਪਾਸ ਹੈ ਜੋ ਬਲੀਗਾ ਤੁਰੀ ਹੋ ਰਿਹਾ ਇਟਲੀ ਵਿੱਚ ਤੇ ਸਰਕਾਰ ਨੂੰ ਪਤਾ ਹੈ ਕਿ ਜਿਹਨਾਂ ਲੋਕਾਂ ਦੇ ਕੋਲ ਫਿਰ ਗ੍ਰੀਨ ਪਾਸ ਨਹੀਂ ਹੋਣਗੇ ਉਹਨਾਂ ਨੂੰ ਜਿਹੜੀਆਂ ਟੈਸਟ ਵਗੈਰਾ ਰਿਪੋਰਟਾਂ ਮੌਕੇ ਦੇ ਉੱਤੇ ਕਰਾਉਣੀਆਂ ਪੈਣਗੀਆਂ ਤੇ ਇਹਦੇ ਵਾਸਤੇ ਸਰਕਾਰ ਜਿਹੜੀ ਹੈ ਜ ਜਿੱਦਾਂ ਕਿ ਜਿਹੜੇ ਅੰਡਰਸੈਕਟਰੀ ਹੈਂਡ ਹੈਲਥ ਦੇ ਆਂਦਰਾ ਕੋਸਤਾ ਇਹਨਾਂ ਦੀ ਇੱਕ ਮੀਟਿੰਗ ਚੱਲੀ ਸੀ ਲਾਸੇਤੇ ਦੇ ਉੱਪਰ ਚੈਨਲ ਦੇ ਉੱਪਰ ਤੇ ਇਹਨਾਂ ਨੇ ਉਸ ਵਿੱਚ ਅਨਾਉਂਸਮੈਂਟ ਕੀਤੀ ਸੀ ਕਿ ਜਿਹੜਾ ਟੈਸਟ ਹੈ ਜੀ ਜਿੱਦਾਂ ਕੋਈ ਵੀ ਬੰਦਾ ਪ੍ਰਾਈਵੇਟ ਤੌਰ ਤੇ ਟੈਸਟ ਕਰਾਵੇ ਜਾਂ ਜਿੱਥੋਂ ਮਰਜ਼ੀ ਕਰਾਵੇ ਜਿਹੜੀ ਉਸ ਦੀ ਕੀਮਤ ਹੈ ਜੀ 6 ਤੋਂ ਲੈ ਕੇ 70 ਦੇ ਦਰਮਿਆਨ ਜਿਹੜੀ ਹੈ 6 ਅਗਸਤ ਤੋਂ ਕਰ ਦਿੱਤੀ ਜਾਵੇਗੀ ਮਤਲਬ 6 ਅਗਸਤ ਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਲੋਕ ਟੈਸਟ ਵਗੈਰਾ ਕਰਾਉਣਗੇ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਕੋਲ ਅਜੇ ਤੱਕ ਗ੍ਰੀਨ ਪਾਸ ਨਹੀਂ ਹਨ ਬਾਕੀ ਜਿਹੜਾ ਇੱਕ ਕੈਟਾਗਰੀ ਨਵੀਂ ਹੈ ਜੀ ਨੋ ਵੈਕਸ ਕੈਟਾਗਰੀ ਜਿਹੜੀ ਲੋਕ ਪਹਿਲਾਂ ਇਹ ਸੋਚਦੇ ਸਨ ਕਿ ਉਹਨਾਂ ਨੇ ਵੈਕਸੀਨ ਨਹੀਂ ਲਗਵਾਈ ਬਿਨਾ ਵੈਕਸੀਨ ਤੋਂ ਹੀ ਉਹਨਾਂ ਰਹਿਣਾ ਹੈ ਹੁਣ ਉਹਨਾਂ ਲੋਕਾਂ ਨੂੰ ਵੀ ਮਜਬੂਰੀ ਦੇ ਵਿੱਚ ਜਿਹੜੀਆਂ ਅਪਾਇੰਟਮੈਂਟ ਵਗੈਰਾ ਲੈਣੀਆਂ ਪਈਆਂ ਹਨ ਆਪਣੀ ਪ੍ਰੀਨੋਤਾ ਸਿਉਣੀ ਕਰਾਉਣੀ ਪੈ ਰਹੀ ਹੈ ਤੇ ਹੁਣ ਜਿਹੜੀਆਂ ਅਪਾਇੰਟਮੈਂਟ ਵਗੈਰਾ ਉਹਨਾਂ ਹੀ ਬਹੁਤ ਜ਼ਿਆਦਾ ਲੇਟ ਆ ਰਹੀਆਂ ਨੇ ਕਿਸੇ ਨੂੰ 3 ਅਗਸਤ ਦੀ ਅਪਾਇੰਟਮੈਂਟ ਮਿਲ ਰਹੀ ਹੈ ਤੇ ਕਿਸੇ ਨੂੰ ਉਸ ਤੋਂ ਵਿਵਾਦ ਜਦੋਂ ਕਿ ਜਿਹੜਾ ਗ੍ਰੀਨ ਪਾਸ ਹੈ ਉਸ ਦੀ ਜਿਹੜੀ ਡੇਟ ਹੈ ਜੀ 6 ਅਗਸਤ ਉਹ ਇਹਨਾਂ ਨੇ ਰੱਖ ਦਿੱਤੀ ਹੈ ਇਸ ਤਰ ਇਹਨਾਂ ਲੋਕਾਂ ਨੂੰ ਫਿਰ ਕਿਸੇ ਖਾਸ ਜਗ੍ਹਾ ਦੇ ਉੱਤੇ ਜਾਣ ਵਾਸਤੇ ਜਿਹੜੇ ਟੈਸਟ ਹਨ ਉਹਨਾਂ ਦਾ ਹਿਸਾਬ ਲੈਣਾ ਪਏਗਾ ਤੇ ਇਸ ਕਰਕੇ ਸਰਕਾਰ ਨੇ ਇਹ ਕੰਮ ਕਰ ਰਹੀ ਹੈ ਸਰਕਾਰ ਮਤਲਬ 6 ਅਗਸਤ ਤੋਂ ਜਿਹੜਾ ਰੇਟ ਹੈ ਜੀ ਟੈਸਟਾਂ ਦਾ 6 ਤੋਂ ਲੈ ਕੇ 70 ਦੇ ਦਰਮਿਆਨ ਕਰ ਦਿੱਤਾ ਜਾਵੇਗਾ ਇਸੇ ਤਰ੍ਹਾਂ ਮੈਂ ਵੀ ਦੱਸ ਜੀਏ ਕਿ ਇਸ ਤੋਂ ਪਹਿਲਾਂ ਜੇ ਆਪਾਂ ਟੈਸਟਾਂ ਦੀ ਗੱਲ ਕਰੀ ਤੇ ਕੁਝ ਸਮਾਂ ਪਹਿਲਾਂ ਜਿਹੜੇ ਟੈਸਟ ਕਰਾਉਣ ਦੇ ਉੱਤੇ ਤਕਰੀਬਨ 60 70 80 ਜੂ ਤੱਕ ਦਾ ਜਿਹੜਾ ਖਰਚਾ ਵੀ ਆਉਂਦਾ ਸੀ ਚਲਦੇ ਹਾਂ ਜੀ ਆਪਣੀ ਅਗਲੀ ਖਬਰ ਦੇ ਉੱਤੇ ਅਗਲੀ ਖਬਰ ਆਪਣੀ ਫਰਾਂਸ ਦੇ ਨਾਲ ਸੰਬੰਧਤ ਹੈ ਫ੍ਰਾਂਸ ਦੇ ਵਿੱਚ ਇਹਨਾਂ ਨੇ ਇੱਕ ਰਿਪੋਰਟ ਤਿਆਰ ਕੀਤੀ ਸੀ 31 ਮਈ ਤੋਂ ਲੈ ਕੇ 11 ਜੁਲਾਈ ਤੱਕ ਇਹ ਜਿਹੜੀ ਤੁਹਾਨੂੰ ਰਿਪੋਰਟ ਦੱਸ ਰਹੇ ਹਾਂ ਜਿਹੜੀ ਕਿ ਰਿਸਰਚ ਸਟੱਡੀਜ਼ ਵੈਲਿਊਏਸ਼ਨ ਸਟੈਟਿਸ ਡਿਪਾਰਟਮੈਂਟ ਆਫ ਦ ਮਿਨਿਸਟਰੀ ਆਫ ਹੈਲਥ ਹੈ ਜੀ ਫ੍ਰਾਂਸ ਦੇ ਵਿੱਚ ਇਹ ਉਹਨਾਂ ਦੇ ਹਵਾਲੇ ਦੇ ਨਾਲ ਤੁਹਾਨੂੰ ਖਬਰ ਦੱਸੀ ਜਾ ਰਹੀ ਹੈ ਇਹਨਾਂ ਨੇ 31 ਮਈ ਤੋਂ ਲੈ ਕੇ 11 ਜੁਲਾਈ ਤੱਕ ਇੱਕ ਰਿਪੋਰਟ ਤਿਆਰ ਕੀਤੀ ਹੈ ਦੇ ਵਿੱਚ ਇਹਨਾਂ ਨੇ ਹਸਪਤਾਲਾਂ ਉੱਤੇ ਨਜ਼ਰ ਰੱਖੀ ਸੀ ਦੇਖਿਆ ਸੀ ਕਿ ਉਹਨਾਂ ਦੇ ਵਿੱਚ ਜਿਹੜੀ ਮਰੀਜ਼ ਆ ਰਹੇ ਹਨ ਇਹਨਾਂ ਨੇ ਇਸ ਚੀਜ਼ ਦੇ ਬਾਰੇ ਦੇਖਿਆ ਕਿ ਉਹਨਾਂ ਨੂੰ ਵੈਕਸੀਨ ਲੱਗੀ ਹੋਈ ਜਾਂ ਨਹੀਂ ਲੱਗੀ ਹੋਈ ਤੇ ਜਿਆਤਰ ਇਹਨਾਂ ਦੇ ਵਿੱਚੋਂ 100 ਦੇ ਪਿੱਛੋਂ ਜਿਹੜੇ 85 ਮਰੀਜ਼ ਸਨ 100 ਦੇ ਪਿੱਛੇ ਇਹ ਜਿਹੜੇ ਮਰੀਜ਼ ਹਸਪਤਾਲਾਂ ਦੇ ਵਿੱਚ ਆਏ ਹਨ ਇਹਨਾਂ ਨੂੰ ਵੈਕਸੀਨ ਨਹੀਂ ਲੱਗੀ ਹੋਈ ਸੀ ਬਾਕੀ ਇਸ ਤੋਂ ਇਲਾਵਾ ਜਿਹੜੇ 85% ਲੋਕ ਜਿਨ੍ਹਾਂ ਨੇ ਵੈਕਸੀਨ ਨਹੀਂ ਲਗਵਾਈ ਹੋਈ ਸੀ ਉਹ ਹਸਪਤਾਲਾਂ ਵਿੱਚ ਆਏ ਹਨ ਹੁਣ ਜਿਹੜੇ 15% ਬਚੇ ਹਨ ਇਹਨਾਂ ਦੇ ਵਿੱਚੋਂ 7% ਲੋਕ ਉਹ ਸਨ ਜਿਨ੍ਹਾਂ ਨੇ ਸਿੰਗਲ ਡੋਜ਼ ਲਈ ਹੋਈ ਸੀ 7% ਇਹ ਉਹ ਸਨ ਜਿਨ੍ਹਾਂ ਨੇ ਡਬਲ ਡੋਜ਼ ਲਈ ਹੋਈ ਸੀ ਹੁਣ ਮਰਨ ਵਾਲਿਆਂ ਦੇ ਵਿੱਚ ਜਿਹੜੇ ਜ਼ਿਆਦਾ ਤੋਂ ਜ਼ਿਆਦਾ ਮੌਤਾਂ ਹੋਈਆਂ 78% ਲੋਕ ਉਹ ਮਰੇ ਹਨ ਜਿਨ੍ਹਾਂ ਨੇ ਜਿਹੜੀ ਕੋਈ ਵੈਕਸੀਨ ਨਹੀਂ ਲਈ ਹੋਈ ਸੀ ਤੇ ਉਸ ਤੋਂ ਇਲਾਵਾ 11% ਲੋਕ ਉਹ ਹਨ ਜਿਨ੍ਹਾਂ ਨੇ ਸਿੰਗਲ ਡੋਜ਼ ਲਈ ਹੋਈ ਤੇ 11% ਹੀ ਲੋਕ ਉਹ ਸਨ ਜਿਨ੍ਹਾਂ ਨੇ ਡਬਲ ਡੋਜ਼ ਲਈ ਹੋਈ ਸੀ ਇਸ ਦਾ ਮਤਲਬ ਕੀ ਨਿਕਲਿਆ ਕਿ ਮਤਲਬ ਇਹ ਨਿਕਲਦਾ ਕਿ ਫਰਾਂਸ ਦੀ ਵੀ ਜਿਹੜੀ ਸਟੱਡੀ ਹੋਈ ਉਹਦੇ ਵੀ ਦੇਖਿਆ ਗਿਆ ਕਿ 100 ਦੇ ਪਿੱਛੇ 11 ਲੋਕ ਉਹ ਵੀ ਮਰੇ ਹਨ ਜਿਨ੍ਹਾਂ ਨੇ ਪਹਿਲਾਂ ਹੀ ਡਬਲ ਡੋਜ਼ ਲੈ ਲਈਆਂ ਸਨ ਤੇ 78 ਲੋਕ ਉਹ ਸਨ ਜਿਨ੍ਹਾਂ ਨੇ ਸਿੰਗਲ ਡੋਜ਼ ਵੀ ਨਹੀਂ ਲਈ ਹੋਈ ਸੀ ਇਸ ਤਰ੍ਹਾਂ ਰਿਜ਼ਲਟ ਇਹ ਹੀ ਨਿਕਲਦਾ ਹੈ ਕਿ ਜਿੱਦਾਂ ਕਿ ਵੈਕਸੀਨ ਦੱਸੀ ਜਾ ਰਹੀ ਹੈ ਕਿ 100% ਜਿਹੜਾ ਵਿਚਾਰ ਕਿਸੇ ਦਾ ਨਹੀਂ ਕਰਦੀ ਬਚਾ ਦੀ ਵਿੱਚ ਹੀ ਬਚਾਇਆ ਅਗਰ ਵੈਕਸੀਨ ਵੀ ਲਗਵਾਈ ਹੈ ਤਾਂ ਫਿਰ ਵੀ ਜਿਹੜੀ ਸੇਫਟੀ ਹੈ ਜੀ ਰੱਖਣੀ ਜ਼ਰੂਰੀ ਹੈ ਇਸ ਤਰ੍ਹਾਂ ਆਪਾਂ ਇਸ ਖਬਰ ਨੂੰ ਇਹ ਕਹਿ ਸਕਦੇ ਹਾਂ ਕਿ ਇੱਕ ਸਪੈਸ਼ਲ ਖਬਰ ਹੈ ਜਿਹੜੀ ਕਿ ਫਰਾਂਸ ਤੋਂ ਆਈ ਹੈ ਤੇ ਸਾਰੀ ਦੁਨੀਆ ਦੇ ਵਾਸਤੇ ਇਸ ਨੂੰ ਜਾਣਨਾ ਜ਼ਰੂਰੀ ਹੈ ਬਾਕੀ ਵੀਡੀਓ ਦੇ ਅੰਤ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਤੁਸੀਂ ਆਪਣਾ ਜਿਹੜਾ ਸਮਾਂ ਕੱਢ ਕੇ ਵੀਡੀਓ ਦੇਖੀ ਹੈ ਪੂਰੀ ਵੀਡੀਓ ਦੇਖੀ ਹੈ ਇੱਥੇ ਤੱਕ ਤੁਸੀਂ ਵੀਡੀਓ ਦੇਖੀ ਹੈ ਇਸ ਦੇ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਬਾਕੀ ਇੱਕੀ ਜ਼ਰੂਰ ਚੈੱਕ ਕਰ ਲੋ ਕਿ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਜਾਂ ਨਹੀਂ ਜੇ ਨਹੀਂ ਕੀਤਾ ਤੇ ਇੱਕ ਵਾਰ ਜੂਰ ਚੈੱਕ ਕਰ ਲੋ ਜੇ ਸਬਸਕ੍ਰਾਈਬ ਬਟਨ ਦਾ ਰੰਗ ਲਾਲ ਆ ਰਿਹਾ ਹੈ ਤੇ ਇਸ ਦਾ ਮਤਲਬ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਹੈ ਇਸ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਨੈਕਸਟ ਵੀਡੀਓ ਲੈ ਕੇ ਫਿਰ ਮਿਲਾਂਗੇ ਜੀ ਤੋ ਵੀਡੀਓ ਦੇਖੀ ਇੱਕ ਵਾਰ ਫਿਰ ਧੰਨਵਾਦ